ਮਾਈ ਦੇ ਪਾਵਨ ਚਰਨਾਂ 'ਚ ਹਾਜ਼ਰੀ ਔਰ ਤੁਹਾਡੇ ਸਾਰੇ ਨਿਰੂਪ ਨੂੰ ਹੋਣ ਦਾ ਮੌਕਾ ਦਿੱਤਾ ਹੈ, ਸੋ ਬੜਾ ਸ਼ੁਕਰਗੁਜ਼ਾਰ ਹੈ। ਇੱਕ ਵਾਰੀ ਕਹਿੰਦੇ ਨੇ ਨਾਮ ਦੀਆਂ ਜ਼ੋਰਦਾਰ ਤਾੜੀਆਂ ਮਾਰ ਦਿਓ, ਜ਼ੋਰਦਾਰ ਤਾੜੀ, ਕਿਉਂਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਕਿਤੇ ਵੀ ਜਾਗਣਾ ਹੁੰਦਾ ਹੈ ਤਾਂ ਬਹੁਤ ਮਿਹਨਤ ਬਹੁਤ ਲੱਗਦੀ ਹੈ। ਸਾਰਾ ਅਰੇਂਜਮੈਂਟ ਕਰਨਾ ਬਹੁਤ ਮੁਸ਼ਕਲ ਗੱਲ ਹੈ, ਇਹ ਵੀ ਮੌਕਾ ਮਹਾਮਾਈ ਕਿਸੇ ਨੇ ਦਿੰਦੀ। ਉਸ ਤੋਂ ਬਾਅਦ ਇੱਕ ਮਹਾਮਾਈ ਦੇ ਨਾਮ ਦਾ ਜੈਕਾਰਾ ਦੋਨੋਂ ਹੱਥ ਬਿਲਕੁਲ ਸਿੱਧੇ ਕਰਕੇ, ਜਿਹਨਾਂ ਨੂੰ ਸਿੱਧੇ ਕਰਕੇ ਉਸ ਪਾਵਨ ਨਾਮ ਦਾ ਉਚਾਰਨ ਕਰਨਾ ਹੈ ਜਿਸ ਨੇ ਅੱਜ ਦੀ ਰਾਤ ਤੁਹਾਡੇ ਸਾਰੀਆਂ ਮੰਗੀਆਂ ਮੁਰਾਦਾਂ ਪੂਰੀਆਂ ਕਰਨੀਆਂ ਨੇ। ਰਾਹਤ ਕਰਕੇ ਕਹਿੰਦਾ ਜੀ ਕਿਹਾ ਜਾਂਦਾ ਹੈ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਤਾਂ ਉਸ ਦੇਵਾਂ ਦੇ ਦੇਵ ਗਣਪਤੀ ਮਹਾਰਾਜ ਦੀ ਆਰਾਧਨਾ ਕੀਤੀ ਜਾਂਦੀ। ਸੋ ਆਓ ਆਵਾਜ਼ ਨਹੀਂ ਜਾ ਰਹੇ ਦੇਵਾਂ ਦੇ ਦੇਵ ਗਣਪਤੀ ਮਹਾਰਾਜ ਜੀ ਨੂੰ, ਔਰ ਸਾਰਿਆਂ ਨੇ ਮਿੱਠੀ ਮਿੱਠੀ ਤਾੜੀ ਦੇ ਨਾਲ ਨਿਮੰਤਰਣ ਦੇਣਾ, ਆਵਾਜ਼ ਨਹੀਂ ਬੁਲਾਉਣਾ ਇਸ ਜਾਗਰਣ ਦੇ ਵਿੱਚ ਕਿ ਹੇ ਗਣਪਤੀ ਮਹਾਰਾਜ ਸਾਡੇ ਜਾਗਰਣ ਦੇ ਵਿੱਚ ਆਓ ਔਰ ਸਾਡੇ ਜਾਗਰਣ ਨੂੰ ਸੰਪੂਰਨ ਕਰੋ। ਔਰ ਕਿੱਦਾਂ ਮੈਂ ਪੱਛੜਾ